ਸਤਪੁਰਾ ਜਨਰਲ ਸੈਕਟਰੀ ਪੰਜਾਬ ਵਰਕਰ ਫੈਡਰੇਸ਼ਨ ਪੰਜਾਬ। ਹਾਂਜੀ, ਕੀ ਮਕਸਦ ਸੀ ਅੱਜ ਦੀ ਭੁੱਖ ਹੜਤਾਲ ਦਾ? ਅੱਜ ਦੀ ਜਿਹੜੀ ਭੁੱਖ ਹੜਤਾਲ ਹੈ ਜੀ, ਉਹ 6ਵਾਂ ਪੇ ਕਮਿਸ਼ਨ ਲਾਗੂ ਕਰਨਾ ਔਰ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਕਰਨਾ। ਇੱਕ ਜਿਹੜੇ ਸਾਡੇ ਡੈਥ ਕੇਸ ਨੇ ਉਹਨਾਂ ਦੇ ਜਿਹੜੇ ਵਾਰਸ ਨੇ ਉਹਨਾਂ ਨੂੰ, ਜਿਹੜੇ ਸਾਡੇ ਮੌਤ ਹੋ ਚੁੱਕੀ ਮੁਲਾਜ਼ਮ ਉਹਨਾਂ ਦੇ ਵਾਰਸਾਂ ਨੂੰ ਨੌਕਰੀ ਦੇਣਾ ਔਰ ਜਿਹੜੀ ਇੱਕ ਸਾਡੀ ਜਿਹੜੀ ਤਨਖਾਹਾਂ ਦਾ ਵਾ, ਜਿਹੜੇ ਮਤਲਬ ਕਿਸੇ ਦੀ ਵੱਧ ਕਿਸੇ ਦੀ ਘੱਟ, ਉਹਨਾਂ ਨੂੰ ਸਾਰਿਆਂ ਨੂੰ ਇਕੁਐਲਿਟੀ ਕਰਨਾ। ਸਰਕਾਰ ਨਾਲ ਅਸੀਂ ਸਾਡੀ ਤਕਰੀਬਨ ਧਾਲੀਵਾਲ ਸਾਹਿਬ ਨੂੰ ਅਸੀਂ 40 ਤੋਂ ਵੱਧ ਵਾਰ ਮਿਲ ਚੁੱਕੇ ਹਾਂ ਔਰ ਉਹਨਾਂ ਨੇ ਬਹੁਤ ਜ਼ੋਰ ਲਾਇਆ, ਲੇਕਿਨ ਉੱਥੇ ਜਿਹੜੇ ਸਪੈਸ਼ਲ ਸੈਕਟਰੀ ਸੀ ਨਰਾਜ ਅਗਰਵਾਲ ਉਹ ਅੜ ਗਏ, ਉਹਨਾਂ ਦੇ ਕੋਲ ਸਾਡੀ ਫਾਈਲ ਪਈ ਆ। ਅਸੀਂ ਅੱਗੇ ਸ਼ੂਗਰ ਫੈਟ ਦਾ 31 ਤਰੀਕ ਨੂੰ ਘਰਾਊਟ ਕਰ ਚੁੱਕੇ ਹਾਂ ਔਰ ਉਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਤੁਹਾਡਾ ਦਿਵਾਲੀ ਤੱਕ ਜਿਹੜਾ ਵਾ ਲਾ ਦਿੱਤਾ ਜਾਊਗਾ, ਦਿਵਾਲੀ ਤੱਕ ਸਾਡੀ ਲੜੀਵਾਰ ਭੁੱਖ ਹੜਤਾਲ ਚੱਲੂਗੀ। ਜੇਕਰ ਦਿਵਾਲੀ ਤੱਕ ਨਹੀਂ ਲਾਉਂਦੇ ਫਿਰ ਉਸ ਤੋਂ ਬਾਅਦ ਅਸੀਂ ਕੋਈ ਸਖ਼ਤ ਪ੍ਰੋਗਰਾਮ ਦੇਵਾਂਗੇ ਜਿਹਦੇ ਵਿੱਚ ਜਿਹੜੇ ਕਿ ਸਾਡੇ ਜਿਵੇਂ ਆ ਸਾਡੀਆਂ ਭੈਣ ਆ ਇੱਥੇ ਨਾਲ, ਇਹਦਾ ਜਿਹੜਾ ਪਤੀ ਦੀ ਡੈਥ ਹੋ ਚੁੱਕੀ ਆ ਔਰ ਇਹਨੂੰ ਨੌਕਰੀ ਵੀ ਨਹੀਂ ਦਿੱਤੀ ਗਈ ਔਰ ਇਹਨੂੰ ਨਾ ਪੱਕਿਆ ਕੀਤਾ ਗਿਆ। ਇਸ ਕਰਕੇ ਜੇਕਰ ਸਾਡੇ ਜਿਹੜੇ ਡੈਥ ਕੇਸ ਵਾਲੇ, ਇਹ ਵੀ ਪੱਕੇ ਨਹੀਂ ਕੀਤੇ ਜਾਂਦੇ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾਂਦੇ, 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਵਾ, ਤੇ ਸਾਡੇ ਬੰਦੇ ਜਿਹੜੇ ਨੇ ਉਹ ਆਤਮਦਾਹ ਤੱਕ ਵੀ ਕਰ ਸਕਦੇ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ। ਮੈਂ ਇਸ ਮਿਲ ਦਾ ਪ੍ਰਧਾਨ ਹਾਂ ਜਿਹੜਾ ਸਾਡਾ ਸਹਿਕਾਰੀ ਖੰਡ ਵਰਕਰ ਯੂਨੀਅਨ, ਸਾਡੀ ਇੱਥੋਂ ਦੀ ਹੈਗੀ ਹੈ ਯੂਨੀਅਨ, ਸਹਿਕਾਰੀ ਖੰਡ ਵਰਕਰ ਫੈਡਰੇਸ਼ਨ ਪੰਜਾਬ ਦੀ ਸਾਡੀ ਯੂਨੀਅਨ, ਅਤੇ ਉਹਦੇ ਵਿੱਚ ਅਸੀਂ ਪੰਜਾਬ ਲੈਵਲ 'ਤੇ ਸਾਰੇ ਇਕੱਠੇ ਹੋਏ ਹਾਂ। ਸਾਰੀਆਂ ਸਹਿਕਾਰੀ 9 ਮਿੱਲਾਂ ਦੇ ਵਿੱਚ ਸਾਡਾ ਪ੍ਰੋਗਰਾਮ ਚੱਲ ਰਿਹਾ ਵਾ ਅਤੇ ਅਸੀਂ ਪਿਛਲੇ ਦਿਨੀ ਕਿਹੜਾ 31 ਤਰੀਕ ਨੂੰ ਸ਼ੂਗਰ ਫੈਡ ਪੰਜਾਬ ਦੇ ਅੱਗੇ ਰੈਲੀ ਕਰਕੇ ਧਰਨਾ ਕੀਤਾ ਦਿੱਤਾ ਗਿਆ, ਜਿਹਦੇ ਵਿੱਚ ਸਾਡੀਆਂ ਮੰਗਾਂ ਸੀਗੀਆਂ 6ਵਾਂ ਪੇ ਕਮਿਸ਼ਨ ਲਾਗੂ ਕਰਨ ਲਈ, ਕੱਚੇ ਮੁਲਾਜ਼ਮ ਪੱਕੇ ਕਰਨ ਲਈ ਅਤੇ ਡੈਥ ਕੇਅਰ ਦੇ ਆਸ਼ਰਿਤਾਂ ਨੂੰ ਪੱਕੇ ਤੌਰ 'ਤੇ ਨੌਕਰੀ ਦੇਣ ਲਈ, ਜਿਹੜੀਆਂ ਸਾਡੀਆਂ ਅੱਜ ਤੱਕ ਲਟਕਦੀਆਂ ਆ ਰਹੀਆਂ ਨੇ। ਇਹ ਕਾਫੀ ਸਮੇਂ ਤੋਂ ਵੇਖੋ ਜੋ 2016 ਤੋਂ 6ਵਾਂ ਪੇ ਕਮਿਸ਼ਨ ਸਾਰਿਆਂ ਨੂੰ ਲੱਗ ਗਿਆ, ਉਹ ਚਾਹੁੰਦੇ ਵੀ ਨਹੀਂ ਸੀ, ਪੰਜਾਬ ਗੌਰਮੈਂਟ ਵਾਲੇ ਕਈਆਂ ਨੇ ਰਿਫਿਊਜ਼ ਵੀ ਕੀਤਾ ਪਰ ਉਹਨਾਂ ਨੂੰ ਲਾ ਦਿੱਤਾ ਗਿਆ। ਅਸੀਂ ਮੰਗ ਰਹੇ ਹਾਂ ਅਤੇ ਸਾਨੂੰ ਦੇ ਨਹੀਂ ਰਹੇ ਅਤੇ ਸਾਨੂੰ ਵਾਰ ਵਾਰ ਲਾਰੇ ਲਾ ਰਹੇ ਆ, ਜਦੋਂ ਕਿ ਸਾਡਾ 2001 ਤੋਂ ਸਾਡੇ ਕੋਲ ਪਹਿਲਾਂ ਨਹੀਂ ਸੀ ਹੁੰਦਾ, 2001 ਦੇ ਵਿੱਚ ਸਾਡੇ ਨਾਲ ਇਹਨਾਂ ਸਮਝੌਤਾ ਹੋਇਆ ਸੀਗਾ ਕਿ ਜੋ ਪੰਜਾਬ ਸਪੇਸ ਟੇਲ ਜਿੱਥੇ ਮਿਲੂਗਾ ਉੱਥੇ ਤੁਹਾਨੂੰ ਮਿਲੂਗਾ, ਅਤੇ 2001 ਤੋਂ ਬਾਅਦ ਫਿਰ ਤੁਹਾਨੂੰ 2009 ਜਦੋਂ ਸਰ 5ਵਾਂ ਪੇ ਕਮਿਸ਼ਨ ਲਾਗੂ ਕਰਾਉਣਾ ਪਿਆ ਉਦੋਂ ਵੀ ਸਾਨੂੰ ਫਿਰ ਇਸ ਤਰ੍ਹਾਂ ਸੰਘਰਸ਼ ਕਰਨਾ ਪਿਆ ਸੀਗਾ ਅਤੇ 2000 ਆ ਹੁਣ 16 ਤੋਂ ਫਿਰ ਡਿਊ ਸੀਗਾ ਅਤੇ ਅੱਜ ਤੱਕ ਨਹੀਂ ਲੱਗਾ, ਸਾਨੂੰ ਫਿਰ ਸਾਨੂੰ ਇਹੋ ਹੀ ਸੰਘਰਸ਼ ਕਰਨਾ ਪੈਂਦਾ। ਅਸੀਂ ਇਹ ਸਰਕਾਰ ਨੂੰ ਇਹ ਗੱਲ ਬੇਨਤੀ ਵੀ ਕਰਨੀ ਚਾਹੁੰਦੇ, ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਵਾਰ ਵਾਰ ਇਹਨਾਂ ਕੰਮਾਂ ਤੋਂ ਮਜਬੂਰ ਨਾ ਕੀਤਾ ਜਾਵੇ ਅਤੇ ਸਾਡਾ ਜਿਹੜਾ ਇਹ ਸਾਰੀਆਂ ਮੰਗਾਂ ਜਾਇਜ਼ ਹੈਗੀਆਂ ਨੇ ਇਹਨਾਂ ਨੂੰ ਪੂਰੀਆਂ ਕੀਤਾ ਜਾਵੇ, ਨਹੀਂ ਤਾਂ ਅਸੀਂ ਅਗਲਾ ਜਿਹੜੀ ਕਾਰਵਾਈ ਆ ਇਸ ਤੋਂ ਬਾਅਦ ਅਸੀਂ ਕਿਸਾਨ ਯੂਨੀਅਨ ਨਾਲ ਸਾਡੀ ਗੱਲ ਹੋਈ ਹੈ ਸਾਰੀਆਂ ਨਾਲ ਅਤੇ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਅਸੀਂ ਹੋਰ ਸੰਘਰਸ਼ ਜਿਹੜਾ ਤੇਜ਼ ਕਰਾਂਗੇ। ਨਹੀਂ, ਹਾਲ ਦੀ ਘੜੀ ਹੈ, 12 ਤਰੀਕ ਤੱਕ ਚੱਲੇਗੀ ਅਤੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਹਰ ਰੋਜ਼ 5 ਬੰਦੇ ਵਿਆਹ ਕਰਨ ਗਏ ਸਾਡੇ 9 ਵਜੇ ਤੋਂ 5 ਵਜੇ ਤੱਕ। ਅਤੇ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਇਸ ਤੋਂ ਬਾਅਦ? ਇਸ ਤੋਂ ਬਾਅਦ ਅਗਲੀ ਰਣਨੀਤੀ ਬਾਅਦ 'ਚ ਆਪਾਂ ਸਾਰੇ ਸੋਚ ਵਿਚਾਰ ਕਰਕੇ ਸਾਰੇ ਪੰਜਾਬ ਨਾਲ ਸਲਾਹ ਕਰਕੇ ਇਹਦਾ ਹੋਰ ਤਿੱਖਾ ਕਰਾਂਗੇ, 12 ਤੋਂ ਬਾਅਦ ਕਰਾਂਗੇ।